ਸਾਰੇ ਮਾਈ ਭਾਈ ਭਾਈ ਬੈਠੇ ਹੋ ਭਾਈ ਸਾਹਿਬ ਜੀ, ਭਾਈ ਸਾਹਿਬ ਗੁਰਮੁਖ ਸਿੰਘ ਜੀ, ਸਰਮੁਖ ਸਿੰਘ ਜੀ, ਉਹਨਾਂ ਦੀ ਫੁਲਵਾੜੀ, ਉਹਨਾਂ ਤੋਂ ਵਰਸਾਏ ਹੋਏ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਫੱਕਰ, ਉਹਨਾਂ ਦੇ ਸਪੁੱਤਰ ਗਾਹਾਂ
ਭਾਈ ਹਰਿੰਦਰ ਸਿੰਘ ਦੀ ਸਪਤਰ, ਭਾਈ ਸਾਹਿਬ ਭਾਈ ਦਲੀਪ ਸਿੰਘ ਦੀ ਸਪਤਰ, ਸਾਡੇ ਵਿੱਚ ਵੱਡੇ ਭਾਈ ਸਾਹਿਬ ਜੀ ਭਾਈ ਹਰਿੰਦਰ ਸਿੰਘ ਦੀ ਸਪਤਰ ਸਾਡੇ ਵਿੱਚ ਨਹੀਂ ਹਨ, ਪਰ ਗੁਰੂ ਸਾਹਿਬ ਸੰਗਤ ਭਾਵੇਂ ਉਹ ਸਾਡੇ ਵਿੱਚ ਨਹੀਂ ਹਨ, ਉਹਨਾਂ ਦੀਆਂ ਸੁਰਾਂ ਤਾਂ ਸਾਡੇ ਦਿਮਾਗ ਵਿੱਚ ਹਨ। ਸਰੀਲੇ ਗੁਰੂ ਸਾਹਿਬ ਸੰਗਤ, ਇਹ ਜੋ ਪਟਿਆਲਾ ਖਾਨਦਾਨ ਹੈ, ਘਰਾਣਾ ਹੈ, ਇਹ ਬੜਾ ਪਿਛੋਕੜ ਤੋਂ ਚੱਲਦਾ ਆ ਰਿਹਾ ਹੈ, ਤਾਂਦਰਸ ਤੋਂ ਚੱਲਦਾ ਆ ਰਿਹਾ ਹੈ ਘਰਾਣਾ। ਸੋ ਗੁਰੂ ਸਾਹਿਬ ਸੰਗਤ, ਇਹਨਾਂ ਨੇ ਜੋ ਬਾਬਾ ਮਰਦਾਨਾ ਜੀ ਦਾ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸਮਾਗਮ ਨੂੰ ਉਲੀਕਿਆ ਹੈ ਮਹਾਂਪੁਰਖਾਂ ਦਾ, ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲਿਆ ਹੈ, ਇਹ ਸਤਿਕਾਰ ਦੇ ਯੋਗ ਹਨ, ਧੰਨਤਾ ਦੇ ਕਾਬਲ ਹਨ। ਗੁਰੂ ਸਾਹਿਬ ਸੰਗਤ, ਇੱਕ ਦਿਨ ਮੈਂ ਕੋਈ ਸੰਗੀਤ ਦੀ ਕਿਤਾਬ ਪੜ੍ਹ ਰਿਹਾ ਸਾਂ ਅਤੇ ਉਹਦੇ ਵਿੱਚ ਸੁਰਾਂ ਦੀਆਂ ਗੱਲਾਂ ਕੀਤੀਆਂ। ਜਿਹੜੇ ਕੋਈ ਕਿਤਾਬ ਲਿਖਦੇ ਹਨ ਸੰਗੀਤ ਦੀ, ਉਹ ਕੋਈ ਬਹੁਤ ਦੂਰੋਂ ਖੋਜ ਕੇ ਲਿਆ ਕੇ ਲਿਖਦੇ ਹਨ, ਅਤੇ ਗੁਰੂ ਸਾਹਿਬ ਸੰਗਤ ਜੀ ਜਿਹੜਾ ਕਹਿੰਦਾ ਹੈ ਵੀ ਮੈਨੂੰ ਗਾਉਣਾ ਆਉਂਦਾ ਹੈ, ਮੁਆਫ ਕਰਨਾ, ਉਹਦੇ ਵਰਗਾ ਕੋਈ ਮੂਰਖ ਵੀ ਨਹੀਂ ਹੋ ਸਕਦਾ, ਗਾਉਣਾ ਕਿਸੇ ਨੂੰ ਨਹੀਂ ਆ ਸਕਦਾ, ਕਿਸੇ ਦਾ ਨਹੀਂ ਸੰਗੀਤ, ਜਿਹਨਾਂ ਨੂੰ ਆਇਆ ਉਹ ਚੁੱਪੀ ਹੋਵੇ, ਅਤੇ ਜਿਹਨਾਂ ਨੂੰ ਨਹੀਂ ਆਉਂਦਾ ਉਹ ਕਹਿੰਦੇ ਸਾਨੂੰ ਆਉਂਦਾ ਹੈ। ਸੋ ਗੁਰੂ ਸਾਹਿਬ ਸੰਗਤ, ਜੇ ਮੈਂ ਕਹਾਂ ਮੈਂ ਰਾਗ ਮਾਰਵਾ ਗਾਉਣ ਲੱਗਾ ਹਾਂ, ਨਹੀਂ, ਤਿੰਨ ਚਾਰ ਰਾਗ ਹਨ ਇਹਦੇ ਵਿੱਚ, ਜਿਵੇਂ ਸੋਹਣੀ, ਮਾਰਵਾ, ਪੂਰੀਆ, ਗੁਰੂ ਸਾਹਿਬ ਸੰਗਤ। ਸੋ ਸਾਰਿਆਂ ਦੀਆਂ ਰਾਗਾਂ ਦੀਆਂ ਆਪਣੀਆਂ ਆਪਣੀਆਂ ਛਾਵਾਂ ਹਨ। ਸੋ ਗੁਰੂ ਸਾਹਿਬ ਸੰਗਤ ਜੀ ਆਪ ਦੀ ਇਜਾਜ਼ਤ ਬਖਸ਼ੋ, ਕੀਰਤਨ ਦੀ ਇਜਾਜ਼ਤ ਬਖਸ਼ੋ, ਅਸੀਸ ਬਖਸ਼ੋ। ਸ਼ਬਦ ਹੈ ਜੀ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਅਵਸਰ ਬਣਕਰਨ। ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਬਾਬਾ, ਇੱਕ ਬਾਬਾ ਅਕਾਲ ਰੂਪ, ਇੱਕ ਬਾਬਾ ਅਕਾਲ ਰੂਪ, ਦੂਜਾ ਦੂਜਾ ਬਾਬੀ ਮਰਦਾ। ਬਾਬਾ ਗਿਆ ਬਗਦਾਦ, ਬਾਬਾ ਗਿਆ ਬਗਦਾਦ ਨੂੰ, ਪਰ ਜਾਏਗੀਆ ਅਸਥਾਨਾ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ, ਦੂਜਾ ਰਬਾਬੀ ਮਰਦਾਨਾ।
ਕੀਤੀ ਮਾਗ ਨਿਮਾਨ ਗਾਨ ਗਿਆਨ ਲਗਾ ਕੌਣ ਫਕੀਰ
ਸਿਕਾ ਰੱਬ ਫਕੀਰ ਇੱਕ ਪਹਿਚਾਨ
ਅਰਧ ਅਕਾਦ ਤਹੂ ਦਿੱਤੀ ਦਾਨ ਅਰਧ ਅਕਾਦ ਤਹੂ ਦਿੱਤੀ ਦਾਨ ਬਾਬੀ ਮਰੇ ਨਾ ਦੂਜਾ ਦੇ ਬਾਬੀ ਮਰੇ ਇੱਕ ਬਾਬਾ ਆਕਾਲ ਰੂਪ ਇੱਕ ਬਾਬਾ ਆਕਾਲ ਰੂਪ ਵੱਡਾ ਸਤਿ ਗੁਰੂ ਨਾਨ ਸਭ ਤੇ ਵੱਡਾ ਸਤਿ ਗੁਰੂ ਨਾਨ ਜਿਨ ਕਲਰਾ ਕੀ ਮੇਰੀ ਸਭ ਤੇ ਵੱਡਾ ਜਿਸ ਕੇ ਸਿਦੂ ਪਰ ਤੂੰ ਸੁਆ
ਕੈਸਾ ਪਾਨੇ ਬੋਲ ਨਾ ਜਾਣੇ ਮਾਇਆ ਮਦਮਾਤਾ ਬੋਲ ਨਾ ਜਾਣੇ ਮਾਇਆ ਮਦਮਾਤਾ ਮਰਨਾ ਜੀ ਦਿਨਾਰੇ ਸਭ ਤੇ ਵੱਡਾ ਕਰੀਮ ਦੇ ਜੀਆਂ ਦੇ ਸਮਾਨ
ਜੋ ਤੇਰੇ ਰੰਗਣਾ ਦੇ ਸੁਆਮੀ, ਜਿਨ ਕਾ ਜਨਮ ਮਰਨ ਦੁੱਖ ਨਾਦਾ, ਤੇਰੀ ਬਖਸ਼ਣਾ ਮੇਟ ਓ ਤੇਰੀ ਬਖਸ਼ਣਾ ਮੇਟ ਓ ਸਤਿਗੁਰ ਦਾ ਦੀਪ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਸ਼ਬਦ ਦਾ ਗਾਇਨ ਹੋਰ ਕਰਕੇ ਸਮਾਪਤੀ ਕਰਾਂਗੇ ਸਰਵਣ ਕਰਨਾ ਜੀ। ਸਰਵਣ ਕਰਨਾ ਜੀ ਇਹ ਦੋਨੇ ਨਾਮਤ ਸੁਹਿਓ, ਇਹ ਦੋਨੇ ਨਾਮਤ ਸੁਹਿਓ, ਏ ਦੋਨ ਨਮਤ ਸੁਹਿਓ, ਏ ਦੋਨ ਨਮਤ ਸੁਹਿਓ।
Come on.
ਇੱਥੇ ਕੀਰਤਨ ਦੀ ਸਮਾਪਤੀ ਕਰਦੇ ਹਨ। ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਅਨੇਕਾਂ ਪੱਲਾਂ ਹੋ ਜਾਂਦੀਆਂ ਜੀ ਬਖਸ਼ ਗੁਰੂ ਸਾਹਿਬ ਜੀ ਫਕਰ ਵਾਰ ਵਾਰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਦੇਵੇ ਸੱਚੇ ਪਾਤਸ਼ਾਹ ਜੀ ਕਿਰਪਾ ਸਦਕਾ ਹਰ ਸਾਲ ਇਸੇ ਤਰ੍ਹਾਂ ਇਸੇ ਤਰ੍ਹਾਂ ਰੌਣਕਾਂ ਲੱਗਣ। ਸੋ ਗੁਰੂ ਸਾਹਿਬ ਜੀ ਆਉਣ ਵਾਲਾ ਸਮਾਂ